ਭਾਰਤ ਅਤੇ ਕੈਨੇਡਾ ਵਿਚਾਲੇ ਇੱਕ ਵਾਰ ਫਿਰ ਤੋਂ ਤਣਾਅ ਵਾਲੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਟਰੂਡੋ ਦੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਬਵਾਲ ਮਚਿਆ ਹੈ। ਵਿਦੇਸ਼ ਮੰਤਰਾਲੇ ਨੇ ਟਰੂਡੋ ਦੇ ਬਿਆਨ 'ਤੇ ਇਤਰਾਜ਼ ਜਤਾਇਆ। ਟਰੂਡੋ ਨੇ ਖਾਲਸਾ ਸਮਾਗਮ ਦੌਰਾਨ ਬਿਆਨ ਦਿੱਤਾ ਸੀ, ਕੈਨੇਡਾ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੌਰਾਨ ਬਿਆਨ ਦਿੱਤਾ, ਸਾਡੀ ਸਰਕਾਰ ਤੁਹਾਡੇ ਅਧਿਕਾਰਾਂ ਦੀ ਰੱਖਿਆ ਕਰੇਗੀ। ਟੋਰਾਂਟੋ ਵਿੱਚ ਸਮਾਗਮ ਹੋ ਰਿਹਾ ਸੀ ਅਤੇ ਟਰੂਡੋ ਦੇ ਬਿਆਨ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਜਤਾਇਆ। ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ। ਪਲੀਜ਼ ਟੂ ਇੰਟਰੋਡਿਊਸ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਟੂ ਆਲ ਆਫ ਯੂ। ਪ੍ਰਾਈਮ ਮਿਨਿਸਟਰ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਪੀ ਵਿਸਾਖੀ, ਜੋਇਅਰ ਵਿਸਾਖੀ। ਆਈ ਵਾਂਟ ਟੂ ਥੈਂਕ ਦੀ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਉਂਸਲ ਫਾਰ ਆਰਗੇਨਾਈਜ਼ਿੰਗ ਦਿਸ ਐਕਸਟ੍ਰਾਡਿਨਰੀ ਇਵੈਂਟ ਵਾਂਸ ਅਗੇਨ ਟੁਡੇ। ਇਟ ਇਜ਼ ਆਲਵੇਜ਼ ਸੋ ਅਮੇਜ਼ਿੰਗ ਟੂ ਬੀ ਬੈਕ ਐਟ ਦ ਖਾਲਸਾ ਡੇ ਸੈਲੀਬ੍ਰੇਸ਼ਨਸ। ਆਈ ਐਮ ਹੈਪੀ ਟੂ ਬੀ ਹੇਅਰ ਵਿਦ ਮਿਨਿਸਟਰਸ ਖੇਰਾ ਐਂਡ ਅਨੰਦ ਸੈਂਗਰੀ ਐਂਡ ਵਾਲਡੇਜ਼, along with our great MPs Sonia, Shafkat, Ruby, Meninder, Judy and Paul. And it's great to see so many different mayors, leaders, other parliamentarians. This is truly an occasion that gathers us from across the city, from across the country, to celebrate alongside you, marking the creation of the Khalsa. And I would please to ਅੱਗੇ ਵਧਾਂਗੇ। ਬੀਜੇਪੀ ਦੇ ਆਗੂ ਆਰ ਪੀ ਸਿੰਘ ਨੇ ਕਿਹਾ ਖਾਲਿਸਤਾਨੀਆਂ ਨੂੰ ਸੱਪ ਦੱਸਿਆ ਹੈ ਅਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਆਰ ਪੀ ਸਿੰਘ ਨੇ ਸਲਾਹ ਦਿੱਤੀ ਹੈ, ਇਹ ਨਾ ਸਮਝੋ ਕਿ ਸੱਪ ਦੂਜਿਆਂ ਨੂੰ ਡੰਗਣਗੇ, ਇਹ ਤੁਹਾਨੂੰ ਵੀ ਡੰਗਣਗੇ, ਤਾਂ ਇੱਥੇ ਐਡਵਾਈਸ ਕਰਦੇ ਹੋਏ ਨਜ਼ਰ ਆਏ ਨੇ। ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਕਹਿੰਦੇ ਹੋਏ ਨਜ਼ਰ ਆਏ, ਕੈਨੇਡਾ ਵਿੱਚ ਖਾਲਸਾ ਦਿਵਸ ਸਮਾਗਮ ਵਿੱਚ ਦੋਵੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਖਾਲਿਸਤਾਨ ਪੱਖੀ ਨਾਅਰਿਆਂ ਅਤੇ ਪੋਸਟਰਾਂ ਦੇ ਬਾਵਜੂਦ ਹਿੱਸਾ ਲਿਆ, ਜਿਸ ਵਿੱਚ ਨਿੱਜਰ ਦੀ ਮੌਤ ਵਿੱਚ ਭਾਰਤੀ ਰਾਜਨੀਤਿਕ ਸ਼ਖਸੀਅਤਾਂ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਗਿਆ ਸੀ। ਦੇਸ਼ ਭਰ ਵਿੱਚ ਰੈਲੀਆਂ ਵਿੱਚ ਖਾਲਿਸਤਾਨ ਦਾ ਪ੍ਰਚਾਰ ਅਤੇ ਭਾਰਤ ਵਿਰੋਧੀ ਪੋਸਟਰ ਦਿਖਾਈ ਦਿੱਤੇ। ਕੈਨੇਡਾ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਬਾਰੇ ਮੇਰੀਆਂ ਤਿੰਨ ਵੱਡੀਆਂ ਚਿੰਤਾਵਾਂ ਨੇ। ਪਹਿਲੀ, ਕੈਨੇਡਾ ਦੇ ਪ੍ਰਧਾਨ ਮੰਤਰੀ ਵਿਰੋਧੀ ਧਿਰ ਦੇ ਆਗੂ ਖਾਲਿਸਤਾਨ ਪੱਖੀ ਨਾਅਰੇ ਦੇ ਵਿਚਕਾਰ ਖਾਲਸਾ ਦਿਵਸ ਦੇ ਜਸ਼ਨ ਵਿੱਚ ਸ਼ਾਮਲ ਹੋਏ। ਦੂਜੀ, ਸਮਾਗਮ ਵਿੱਚ ਨਿੱਜਰ ਦੀ ਮੌਤ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਭਾਰਤੀ ਸਿਆਸੀ ਲੀਡਰਸ਼ਿਪ ਦੇ ਪੋਸਟਰ। ਤੀਜੀ, ਖਾਲਿਸਤਾਨ ਦੇ ਪ੍ਰਚਾਰ ਭਾਰਤ ਵਿਰੋਧੀ ਪੋਸਟਰਾਂ ਨਾਲ ਕੈਨੇਡਾ ਭਰ ਵਿੱਚ ਰੈਲੀਆਂ ਅਤੇ ਪ੍ਰਧਾਨ ਮੰਤਰੀ ਨੂੰ ਮੇਰੀ ਸਲਾਹ ਇਹ ਹੈ ਕਿ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਜੇਕਰ ਤੁਹਾਡੇ ਵਿਹੜੇ ਵਿੱਚ ਸੱਪ ਹਨ ਤਾਂ ਤੁਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਸਿਰਫ ਦੂਜਿਆਂ ਨੂੰ ਡੰਗ ਮਾਰਨਗੇ, ਆਖਰਕਾਰ ਤੁਹਾਨੂੰ ਵੀ ਡੰਗ ਮਾਰਨਗੇ।